बड़ी तशद्दत करे तो बाद इन्हां नूं आखिरकार मोहाली खेलांगे गेट बाल पूल। चलो भी आजो आए साडे प्रो प्लेयर फाउल हो गया भाई। दोनों ने मैनूं राउंडी गेल हरा दिया भाई। दे दे पैसे बैक जी सारे दा नवे ब्लॉक च अज चले आ भाई जी गेट बाल पूल खेलना प्रो प्लेयर नाल। ਉਹ ਵੀ ਕਹੇ ਕਰੋ ਨਾਲ ਜਿੱਦਾਂ ਹੋਰ ਬਲੌਗ ਵਾਲੇ ਕਹੇ ਕਰਾਂ ਕਹਾਂਗੇ ਕਿਆ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਇਹ ਉਹ ਤਾਂ ਠੀਕ ਹੀ ਆ ਸਾਰੇ ਤੁਸੀਂ ਆਪੇ ਸੈੱਟ ਨਹੀਂ ਅੱਜ ਨਾ ਸਰ ਕੰਫੀਡੈਂਸ ਲੈਵਲ ਆਪਣਾ ਹਾਈ ਆ ਬਿਸ਼ੱਕ ਤੇ ਸੈੱਟ ਨਹੀਂ। ਹਾਂਜੀ ਹਾਂਜੀ ਤੇ ਕਿੱਥੇ ਜਾਣਾ ਅੱਜ? ਮਿਲਦੇ ਆ ਤੁਹਾਨੂੰ ਮੋਹਾਲੀ ਜਾ ਕੇ ਤੇ ਆ ਲੱਗ ਗਈ ਬਲੌਗਰਾਂ ਨੂੰ ਭੁੱਖ। ਬੜੀ ਮਿਹਨਤ ਬੜੀ ਤਸ਼ੱਦਦ ਕਰੇ ਤੋਂ ਬਾਅਦ ਇਹਨਾਂ ਨੂੰ ਆਖਿਰਕਾਰ ਮੋਹਾਲੀ ਚ ਆ ਕੇ ਫਿਰ ਖਾਣਾ ਮਿਲ ਹੀ ਗਿਆ ਤੇ ਉਹ ਵੀ ਖਾਣਾ ਨਹੀਂ ਰਿਹਾ ਤਾਂ ਬਾਈ ਆ ਪੈਸੇ ਨਹੀਂ ਹੈ ਕਮੀ ਗਰੀਬੀ ਮਾਰ ਗਈ। ਪੈਸੇ ਭੇਜੋ ਤਾਂ ਜੋ ਹਮੇ ਨੈਕਸਟ ਬਲੌਗ ਤੁਹਾਡੇ ਵਾਸਤੇ ਤਿਆਰ ਕਰਕੇ ਭੇਜੇ। ਪੇਟੀਐਮ ਅਕਾਊਂਟ ਮੇਰਾ ਤੁਹਾਨੂੰ ਪਾਸ ਦੱਸ ਦੂੰਗੇ ਤੁਹਾਨੂੰ। ਠੀਕ ਹੈ ਬਾਈ ਠੀਕ ਹੈ ਤੇ ਮਿਲਦੇ ਆਪਾਂ ਏਟ ਬਾਲ ਪੂਲ ਤੇ। ਪੈਸੇ ਭੇਜੋ ਜਲਦੀ ਤੋਂ ਜਲਦੀ ਅੰਕੂ ਠੀਕ ਹੈ ਖੇਲਣਾ ਵੀ ਹੈ ਪੈਸੇ ਭੇਜੂਗਾ ਜਲਦੀ ਬੈਟ ਲਾਣੀ ਹੈ। ਕਹਿ ਇਹਨਾਂ ਨੂੰ ਅਗਲੇ ਨੂੰ ਕਹਿ ਜਿਹੜੇ ਤੈਨੂੰ ਦੇਖਾਂਗੇ ਤੇਰੇ ਵਿਊਰਸ ਨੇ ਜਿਹੜੇ ਖਾਣੇ ਗਾਲੀ ਕੱਢਦੇ ਹੋਣੇ। ਖੇਲਾਂਗੇ ਏਟ ਬਾਲ ਪੂਲ। ਚਲੋ ਵੀ ਆਜੋ ਸ਼ਰਤ ਵੀ ਦੱਸ ਦੇ ਅੱਗੇ ਜਾ ਕੇ ਪੈਸੇ ਪੁਸੇ ਮੈਂ ਨਹੀਂ ਹੁੰਦਾ ਕਰਾਂ ਤਾਂ ਹੀ ਜਿਹੜਾ ਹਾਰੂਗਾ ਉਹ ਦਊਗਾ ਬਈ ਪੈਸੇ। ਹੁਣ ਦੇਖਦੇ ਆ ਕੌਣ ਹਾਰਦਾ ਕੌਣ ਨਹੀਂ। ਲੋ ਜੀ ਪਹੁੰਚ ਗਏ ਅਸੀਂ ਹੁਣ ਕਰ ਰਹੇ ਹਾਂ ਗੇਮ ਸ਼ੁਰੂ। ਚਲੋ ਜੀ ਨਾਈਸ ਸ਼ਾਟ ਲਾ ਦੇ ਆਪਾਂ ਸ਼ੋਟ ਸ਼ਰਤ ਦੱਸੋ ਬਈ ਹੁਣ ਕਿਆ ਸ਼ਰਤ ਹੈ? ਜਿਹੜਾ ਹਾਰੂਗਾ ਪੈਸੇ ਦੇਊਗਾ ਗੇਮ ਗੇ ਹੈਲ ਵੀ ਪਿਲਾਉਣੀ ਪੈਣੀ ਠੀਕ ਹੈ ਹੈਲ ਵੀ ਪਿਲਾਉਣੀ ਪੈਣੀ ਬਾਈ ਮੁੱਕਰਨਾ ਨੀ ਨਾ ਬਾਈ ਦੇਖ ਗੇਮ ਮੈਂ ਕੋਈ ਚੀਟਿੰਗ ਨਹੀਂ ਕਰਨੀ ਠੀਕ ਹੈ ਤਾਂ ਪਿਛਲੀ ਵਾਰੀ ਮੈਂ ਇਹ ਗੱਲ ਚੀਟਿੰਗ ਕਰੀ ਸੀ ਯਾਦ ਹੈ ਬਸ ਠੀਕ ਹੈ ਆਏ ਸਾਡੇ ਪ੍ਰੋ ਪਲੇਅਰ ਫਾਉਲ ਹੋ ਗਿਆ ਬਾਈ। ਦੇਖੋ ਪੂਰੀ ਫੋਰਮ 'ਚ ਮੰਥਨ ਅੱਜ ਨਹੀਂ ਹਟਦਾ ਵਾਹ ਜੀ ਵਾਹ ਓ ਥੋੜ੍ਹਾ ਜਿਹਾ ਬਚ ਰਹੇ ਗਾ ਉੱਥੇ ਨਿਸ ਫੈਰ ਪਏ ਚੱਲ ਪਏ ਨੇ ਦੁਬਾਰਾ ਇਹਨਾਂ ਤੋਂ ਨਹੀਂ ਆਇਆ ਤੋ ਵਾਹ ਜੀ ਵਾਹ ਛਾ ਗਿਆ ਸਾਡਾ ਕਾਕਾ ਮੰਥਨ ਬਾਈ ਸ਼ੋਟ ਮਾਰਨ ਲਈ ਤਿਆਰ ਵਾਹ ਜੀ ਵਾਹ ਇਤਨਾ ਸ਼ੋਟ ਯਾਰ ਉੱਪਰ ਲੱਗ ਗਿਆ ਅੱਜ ਗੇਮ ਪੂਰੀ ਸਿਖਾ ਦੇਣੀ ਬਾਈ ਉਹ ਨਹੀਂ ਹੈ ਨਾ ਇਸ ਤਰ੍ਹਾਂ ਨਾ ਜਦ ਸ਼ੋਟ ਮਾਰਾਂ ਉੱਪਰ ਚੜ ਜਾਏ ਉਹ ਚੱਲ ਚੱਲ ਦਿਖਾਵਾਂ ਤੁਹਾਨੂੰ ਫਾਉਲ
ਪੈਗੀ ਮੰਤਨ ਬਾਈ ਤੋਂ ਪੈਗੀ ਬਲੈਕ ਬੋਲ ਇਸ ਲਈ ਵਿਨਰ ਵਿਨਰ ਬਲਪ੍ਰੀਤ ਖੇਲਣਾ ਪਰ ਇਹਨੂੰ ਵਧਣਾ ਪਰ ਜਿੱਤ ਗਿਆ ਰੂਲ ਹੈ ਕਿ ਰੂਲ ਨਹੀਂ ਹੈ ਹਾਂ ਰੂਲ ਹੈ ਦੋ ਬੋਲਾਂ ਤੇਰੀਆਂ ਵੀ ਪਾ ਦੀ ਉਹਨੇ ਜਿਤਨਾ ਮਰਜ਼ੀ ਵੀ ਇਸ ਨੂੰ ਕਿਹਾ ਤਾਂ ਮੈਂ ਭਾਈ ਇੱਕ ਹੀ ਸੀਗੀ ਠੀਕ ਹੈ ਬਈ ਵਿਨਰ ਤਾਂ ਹੈ ਵਿਨਰ ਤਾਂ ਵਿਨਰ ਹੈ ਬਸ ਵਿਨਰ ਇਸ ਵਿਨਰ ਠੀਕ ਹੈ ਮੇਤੇ ਨਾਲ ਹੈ ਚਲ ਨੰਬਰ 2 ਮਾਂ ਚੱਲ ਜਤਾ ਦਾ ਇਹਨੂੰ ਬਲਪ੍ਰੀਤ ਨੂੰ ਰੋਣ ਲੱਗ ਗਿਆ ਦਾ ਬਈ ਇਹਨਾਂ ਦੋਹਾਂ ਚ ਦੇਖਦੇ ਕਿਹੜੇ ਜਿੱਤਦਾ ਫਾਉਲ ਫਾਉਲ ਕਰਤਾ ਅੰਕੂ ਬਾਈ ਨੇ ਪਹਿਲਾਂ ਇੱਕ ਬਲਪ੍ਰੀਤ ਨੇ ਪਾਈ ਦੇਊਗੀ ਹੁਣ ਇਹਨੇ ਪਾਤੀ ਲੈ ਬਈ ਦੋ ਦੋ ਰਹਿ ਗਈਆਂ ਇਹਨਾਂ ਦੀਆਂ ਲੈ ਬਈ ਦੋ ਦੋ ਰਹਿ ਗਈਆਂ ਇਹਨਾਂ ਦੀਆਂ ਹੁਣ ਦੇਖਦੇ ਕੀ ਬਣਦਾ ਕੌਣ ਜਿੱਤਦਾ ਕੌਣ ਹਾਰਦਾ ਬਾਈ ਠੀਕ ਹੈ ਬਾਈ ਹੁਣ ਬਲਪ੍ਰੀਤ ਦੀ ਰਹਿ ਗਈ ਬਸ ਬਲੈਕ ਬੋਲ ਹੁਣ ਦੇਖਦੇ ਹਾਂ ਸ਼ੋਟ ਲੱਗਦਾ ਕਿ ਨਹੀਂ ਨਹੀਂ ਲੋ ਬਾਈ ਹਾਰ ਗਿਆ ਲੋ ਜੀ ਇਹਨਾਂ ਨੇ ਦੋਨਾਂ ਨੇ ਮੈਨੂੰ ਰੌਂਡੀ ਗੱਲ ਹਰਾ ਦਿਆ ਹੁਣ ਦੋਨੇ ਰੌਂਡੀ ਲਗੇ ਵੇ ਹੈ ਇੱਕ ਉਹ ਕਹਿੰਦੇ ਨੀ ਜਿਤਨਾ ਵੀ ਲੜੇ ਨੂੰ ਖੁੰਡਾ ਸੌ ਕੋਹ ਤੇ ਟੱਕਰਾ ਇਸ ਤਰ੍ਹਾਂ ਰੌਂਡੀ ਨੂੰ ਰੌਂਡੀ ਸੌ ਕੋਹ ਤੇ ਟੱਕਰਿਆ ਇਹਨਾਂ ਨੂੰ ਅੱਜ ਲਿਟਲ ਰੌਂਡੀ ਐਂਡ ਬਿੱਗ ਰੌਂਡੀ ਹੈਲੋ ਰੌਂਡੀਓ ਲੈ ਬਈ ਆਖਿਰ ਕੇ ਵਿੱਚ ਗੇਮ ਦਾ ਨਤੀਜਾ ਆਇਆ ਨਿਕਲਿਆ ਕਿੰਨੀ ਵਾਰ ਹਾਰਿਆ ਉਹ ਤਿੰਨ ਵਾਰੀ ਹਾਰਿਆ ਕਿਉਂ ਦੋ ਵਾਰੀ ਹਾਰਿਆ ਓਕੇ ਹਾਂ ਤਿੰਨ ਵਾਰੀ ਮੰਥਨ ਹਾਰਿਆ ਆਪਾਂ ਨੇ ਬਾਦਵਾਂ ਹਾਰੇ ਹਾਰੇ ਵੀ ਲਾਈ ਤੀ ਹਾਂ ਕੋ ਛੇਤੀ ਦੇ ਬੈਟਰੀ 1% ਰਹਿ ਗਈ ਰਿਵਿਊ ਦੇ ਦਿੱਤੀ ਹੁਣ ਪਾਰਟੀ ਕਿਸ ਗੰਨੀ ਚੱਲ ਬਾਈ ਉੱਧਰ ਪੈਸੇ ਦੇ ਗਲੇ ਗਰੇ ਪਾਰਟੀ ਦੇ ਆ ਬਾਈ ਹਾਰ ਗਿਆ ਬਾਈ ਤਿੰਨ ਵਾਰੀ ਹਰਾਇਆ ਅੱਜ ਜਿਗਰ ਦਾ ਚਾਹੀ ਕਿ ਸਾਨੂੰ ਹਰ ਸਪੈਸ਼ਲ ਲੈ ਤਾਂ ਘਰਾਂ ਦੇ ਕੰਮ ਐ ਕਰ ਦੂੰਗਾ ਹਰਾ ਦੂੰਗਾ ਐ ਕਰ ਦੂੰਗਾ ਜੀ ਐ ਉਹ ਕੁਝ ਨਹੀਂ ਹੋਇਆ ਚਲੋ ਬਿਨਰ ਬਿਨਰ ਫੁੱਲ ਡਿਨਰ ਬਾਈ ਜੀ ਹੁਣ ਫੋਕਸ ਕਰਦੇ ਪਏ ਨੇ ਦੇਖੋ ਪੂਰਾ ਚਲੋ ਬਾਈ ਜੀ ਪਾਣੀ ਹੋ ਗਿਆ ਦੇਖੋ ਇੱਥੇ ਮੁੰਡੇ ਉੱਧਰ ਸੰਧੂ ਬਾਈ ਨੂੰ ਕਾਲੀ ਹੈ ਪੈਸੇ ਦਿਵਾਣੇ ਕੋਈ ਨਹੀਂ ਹੁੰਦਾ ਸਾਰੇ ਜਿੱਤਾਂ ਮੈਂ ਜਿੱਤ ਗਿਆ ਨਾ ਮੈਂ ਜਿਤਾਇਆ ਤੈਨੂੰ ਤਾਂ ਮੇਰਾ ਅਹਿਸਾਨ ਨਾ ਭੁੱਲੀ ਉੱਥੇ ਵੀਨਰ ਨੂੰ ਵੀ ਹਰਾਇਆ ਕਿੰਨੇ ਵੀਨਰ ਵੀਨਰ ਤਾਂ ਮੇਰੇ ਤੇ ਹੀ ਹਾਰ ਗਿਆ ਬਾਈ ਮੰਤਨ ਬਾਈ ਹਾਂਜੀ ਬਾਈ ਦੇ ਪੈਸੇ ਕਿੰਨੇ ਹੋਏ ਤੇ ਕਿੰਨੇ ਲੈ ਜੀ ਪੈਸੇ ਦੇ ਦੇ ਮੰਥਨ ਹੈ ਹੁਣ ਬਾਈ ਪਾਰਟੀ ਰਹਿ ਗਈ ਹੁਣ ਰਹਿ ਗਈ ਪਾਰਟੀ ਮੱਥਨ ਗਾੜੀ ਭਾਈ ਚਲਾਏਗਾ ਪਾਰਟੀ ਵੀ ਭਾਈ ਗੱਡੀ ਜਿਹੜਾ ਮਰਜ਼ੀ ਚਲਾ ਲਓ ਪਾਰਟੀ ਦੱਸੋ ਗੱਡੀ ਕਿੱਥੇ ਲੈ ਕੇ ਜਾਉਂਗੇ ਐਂ ਦੱਸੋ ਇੱਥੇ ਉਹੀ ਖਾ ਲਿਓ ਅਬ ਤੋ ਜਾਏਂਗੇ ਸਟਾਰ ਵਕ ਯਾਰ ਇੰਨਾ ਨਹੀਂ ਆਪਾਂ ਨੇ ਖਰਚਾ ਕਰਾਉਣਾ ਇੰਨਾ ਹੀ ਕਰਾਉਣਾ ਆਪਾਂ ਤਾਂ ਹਿੱਲ ਕੀ ਮਾਰ ਰਹੇ ਹਾਂ